ਸਿਕਾਲ ਪੰਜਾਬੀ ਉਹ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਆ ਬੱਚੇ ਦੇਖ ਰਹੇ ਹੋ ਜਿਹੜੇ ਬੱਚੇ ਚੌੜ ਕਰੀ ਜਾਂਦੇ ਆ ਦੇਖੋ ਜਿਵੇਂ ਬੱਚੇ ਖੇਡਦੇ ਹੁੰਦੇ ਖੇਡ ਰਹੇ ਆ ਇਹ ਬਾਈ ਲੱਖੇ ਸਧਾਣੇ ਦੇ ਬੱਚੇ ਨੇ ਤੇ ਆਪਾਂ ਬਾਈ ਨੂੰ ਪੁੱਛਦੇ ਆ ਵੀ ਐਡੀ ਦੂਰ ਕਿਉਂ ਲੈ ਕੇ ਆਏ ਬਾਈ ਇਹਨਾਂ ਨੂੰ ਬਾਈ ਐਡੀ ਦੂਰ ਤੁਸੀਂ ਕਿੱਥੇ ਸਰਦੂਰਗੜ੍ਹ ਕਿੱਥੇ ਆਪਣਾ ਪਿੰਡ ਹਨਾ ਸਧਾਣਾ ਐਡੀ ਦੂਰ ਕਿਉਂ ਇਹਨਾਂ ਨੂੰ ਨਾਲ ਲੈ ਕੇ ਆਏ ਸਾਡੀਆਂ ਜਿਹੜੀਆਂ ਨਸਲਾਂ ਨੇ ਸਾਡੇ ਜਵਾਕ ਨੇ ਸਾਡੇ ਵਿਰਸੇ ਤੋਂ ਸਾਡੀ ਖੇਤੀ ਵਿਰਾਸਤ ਤੋਂ ਸਾਡੇ ਸੱਭਿਆਚਾਰ ਤੋਂ ਦੂਰ ਕਿਉਂ ਹੋ ਰਹੇ ਆ ਮੈਂ ਇਹਨਾਂ ਨੂੰ ਕਿਸਾਨੀ ਅੰਦੋਲਨ 'ਚ ਉੱਥੇ ਦਿੱਲੀ ਵੀ ਕਈ ਦਿਨ ਲਗਿਆ ਦਿਖਾਇਆ ਅੱਜ ਮੈਂ ਇੱਥੇ ਤਾਂ ਲੈ ਕੇ ਆਇਆ ਵੀ ਇਹ ਦੇਖ ਸਕਣ ਛੋਟੀ ਉਮਰੇ ਕਿ ਕਿਵੇਂ ਪੰਜਾਬ ਦੇ ਵਿੱਚ ਜਦੋਂ ਵੀ ਭੀੜ ਪੈਂਦੀ ਆ ਕਿਵੇਂ ਪੰਜਾਬੀ ਪੰਜਾਬੀਆਂ ਨਾਲ ਖੜਦੇ ਆ ਇੱਥੋਂ ਸਿੱਖਣਾ ਹੁੰਦਾ ਕੱਲ ਨਾ ਮਾਨ ਮੈਨੂੰ ਇੱਕ ਅਸੀਂ ਢਾਬੇ ਦੇ ਬੈਠੇ ਚਾਹ ਪੀ ਜਾਗੇ ਸਕੂਲਡ ਦੇ ਕੋਲੇ ਇੱਕ ਨੌਜਵਾਨ ਲੰਘਿਆ ਤੇ ਉਹਦੇ ਵੱਡਾ ਡਿੱਕ ਲੱਗਿਆ ਮੇਰਾ ਬੇਲੀ ਆ ਮੁੰਡਾ ਸੁੱਖਾ ਇਟਲੀ ਤੋਂ ਮੈਨੂੰ ਮਿਲਣ ਆਇਆ ਹੋਇਆ ਸੀ ਤੇ ਮੇਰੇ ਕੋਲ ਬੈਠਾ ਮੈਨੂੰ ਕਹਿੰਦਾ ਬਾਈ ਯਾਰ ਆਹ ਜਿਹੜੀ ਜਵਾਨੀ ਜਾ ਰਹੀ ਹੈ ਇਹੀ ਫਿਰ ਜਵਾਨੀ ਮੁੜ ਕੇ ਗਲਤ ਰਾਹਾਂ ਤੇ ਪੈਂਦੀ ਆ ਜਾਂ ਖੁਦਕੁਸ਼ੀਆਂ ਕਰਦੀ ਆ ਜਾਂ ਨਸ਼ੇ ਦੇ ਰਾਹ ਪੈਂਦੀ ਆ ਤਾਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੁਸੀਂ ਕਿੰਨੇ ਜਾਣੇ ਹੋ ਕਹਿੰਦਾ ਅਸੀਂ 5 ਜਾਣੇ ਆ ਮੈਂ ਕਿਹਾ ਮੈਨੂੰ 5 ਜਾਣੇ ਇੱਕ ਇਮਾਨਦਾਰੀ ਨਾਲ ਜਵਾਬ ਦਿਓ ਵੀ ਕੀ ਤੁਹਾਨੂੰ ਕਦੇ ਤੁਹਾਡੇ ਪਿਓ ਨੇ ਦਾਦੇ ਨੇ ਮਾਂ ਨੇ ਚਾਚੇ ਤਾਏ ਮਾਮੇ ਭੂਆ ਫੁੱਫੜਾਂ ਨੇ ਕਦੇ ਤੁਹਾਡਾ ਇਤਿਹਾਸ ਦੱਸਿਆ ਵੀ ਅਸੀਂ ਕੌਣ ਆ ਅਸੀਂ ਕਿਹਦੇ ਵਾਰਸ ਆ ਕਿਹਦਾ ਖੂਨ ਆ ਸਾਡੇ ਚ ਕਿਹੜੀਆਂ ਜੰਗਾਂ ਇੱਥੇ ਲੜੀਆਂ ਖੇਤੀ ਸਾਡਾ ਕਿੱਤਾ ਨਹੀਂ ਵਪਾਰ ਨਹੀਂ ਧੰਦਾ ਨਹੀਂ ਇੱਕ ਵਿਰਾਸਤ ਹੈ ਸਾਡੇ ਗੀਤ ਸੰਗੀਤ ਕਵਿਤਾਵਾਂ ਕਹਾਣੀਆਂ ਕਿੱਸੇ ਹਰ ਚੀਜ਼ ਸਾਡੀ ਇਸ ਵਿਰਾਸਤ ਨਾਲ ਜੁੜੀ ਹੋਈ ਹੈ ਖੇਤੀ ਨਾਲ ਜ਼ਮੀਨਾਂ ਕਰਕੇ ਸਾਡਾ ਇਤਿਹਾਸ ਹੈ ਮੈਂ ਕਿਹਾ ਕੋਈ ਵੀ ਨਹੀਂ ਦੱਸਦਾ ਪਰ ਮੈਂ ਕੋਸ਼ਿਸ਼ ਕਰ ਰਿਹਾ ਲਗਾਤਾਰ ਜਿੰਨੇ ਕੁ ਯੋਗਰਾ ਮੈਂ ਹੈਗਾ ਜਾਂ ਜੋ ਮੈਂ ਕਰ ਸਕਦਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਤਾਂ ਪਰਮਾਤਮਾ ਜਾਣਦਾ ਅੱਗੇ ਇਹਨਾਂ ਨੇ ਕਿਹੜਾ ਰਾਹ ਅਖਤਿਆਰ ਕਰਨਾ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਜਿਵੇਂ ਅੱਜ 15 ਅਗਸਤ ਸੀ ਹਾਂ ਮੈਂ ਉਹੀ ਗੱਲ ਕਰਦੇ ਉਹ ਵੀ ਹਾਂ ਮੈਨੂੰ ਇਹ ਪੁੱਛਣ ਲੱਗਿਆ ਵੱਡਾ ਮੈਨੂੰ ਕਹਿੰਦਾ ਬਾਪੂ ਅੱਜ ਛੁੱਟੀ ਕਿਉਂ ਆ ਤਾਂ ਫਿਰ ਮੈਨੂੰ ਸਮਝਾਇਆ ਕਿ ਅੱਜ ਛੁੱਟੀ ਕਿਉਂ ਆ ਬਹੁਤਾਂ ਲਈ ਛੁੱਟੀ ਅੱਜ ਜਸ਼ਨ ਦਾ ਦਿਨ ਹੈ ਪਰ ਸਾਡੇ ਲਈ ਜਸ਼ਨ ਦਾ ਦਿਨ ਨਹੀਂ ਹੈ ਖੁਸ਼ੀਆਂ ਦਾ ਦਿਨ ਨਹੀਂ ਹੈ ਕਿਉਂਕਿ ਅੱਜ ਦਾ ਉਹ ਦਿਨ ਜਦੋਂ ਜਿਹੜੀਆਂ ਵੇਲੇ ਲਾਸ਼ਾਂ ਵਿਛੀਆਂ ਰੱਤ ਨਾਲ ਭਰੀ ਚਨਾਬ ਅਸੀਂ ਕਾਹਦੇ ਜਸ਼ਨ ਮਨਾਈਏ ਸਾਡਾ ਅੱਜ ਸੀ ਉਜੜਿਆ ਪੰਜਾਬ ਸੋ 47 ਦੇ ਵਿੱਚ ਅੱਜ ਪੰਜਾਬ ਉਜੜਿਆ ਸੀ ਪੰਜਾਬ ਦਾ 3.5 ਲੱਖ ਵਰਗ ਕਿਲੋਮੀਟਰ ਦਾ ਜਿਹੜਾ ਏਰੀਆ ਸੀ ਐਡਾ ਵੱਡਾ ਪੰਜਾਬ ਉਹ ਜਮਰੌਤ ਤੋਂ ਲੈ ਕੇ ਇੱਧਰ ਕਾਬਲ ਕੰਧਾਰ ਤੋਂ ਲੈ ਕੇ ਅਤੇ ਦਿੱਲੀ ਦੀਆਂ ਹੱਦਾਂ ਤੱਕ ਇਹ ਪੰਜਾਬ ਸੀ ਸੋ ਅੱਜ ਉਹ ਪੰਜਾਬ ਵੱਢਿਆ ਟੁੱਕਿਆ ਗਿਆ ਸੀ ਠੀਕ ਹੈ ਜਿਹਨੇ ਜਸ਼ਨ ਮਨਾਉਣੇ ਆ ਉਹ ਮਨਾਉਣ ਪਰ ਸਾਡੇ ਲਈ ਇਹ ਜਸ਼ਨ ਦਾ ਦਿਨ ਨਹੀਂ ਹੈਗਾ ਖੁਸ਼ੀਆਂ ਦਾ ਦਿਨ ਨਹੀਂ ਹੈਗਾ ਅੱਜ ਦੇ ਦਿਨ ਪੰਜਾਬ ਦੇ ਵਿੱਚ 10 ਲੱਖ ਇਨਸਾਨਾਂ ਦਾ ਕਤਲ ਹੋਇਆ ਜੀ ਸਿੱਖ ਹਿੰਦੂ ਅਤੇ ਮੁਸਲਮਾਨ ਮਾਰੇ ਗਏ ਕਿੰਨੀਆਂ ਹੀ ਜਿਹੜੀਆਂ ਬੀਬੀਆਂ ਦੇ ਬਲਾਤਕਾਰ ਹੋਏ ਬੱਚੇ ਮਾਰ ਦਿੱਤੇ ਗਏ ਕਿੰਨੀਆਂ ਬੀਬੀਆਂ ਉਧਾਲੀਆਂ ਗਈਆਂ ਕਿੰਨੀਆਂ ਨੇ ਧਰਮ ਤਬਦੀਲ ਕੀਤੇ ਕੋਈ ਨੂਰਾਂ ਹਰਨਾਮ ਕੌਰ ਬਣ ਗਈ ਕਿ ਕੋਈ ਅਤੇ ਕੋਈ ਦਲੀਪ ਸਿੰਘ ਅਕਬਰਦੀਨ ਬਣ ਗਿਆ ਸੋ ਇਹ ਹਾਲਾਤ ਸੀ ਉਸ ਸਮੇਂ 47 ਦੇ ਪੰਜਾਬ ਦੇ ਸਭ ਤੋਂ ਵੱਡਾ ਉਜਾੜਾ ਦੁਨੀਆ ਦੇ ਇਤਿਹਾਸ ਦੇ ਵਿੱਚੋਂ ਪੰਜਾਬੀਆਂ ਨੇ ਝੱਲਿਆ ਸੋ ਸਾਨੂੰ ਅੱਜ ਕਹਿੰਦੇ ਵੀ ਤੁਸੀਂ ਝੰਡਾ ਲਾ ਕੇ ਖੁਸ਼ੀ ਮਨਾਓ ਸੋ ਸਾਡੇ ਲਈ ਭਰਾਵੋ ਖੁਸ਼ੀਆਂ ਦਾ ਦਿਨ ਨਹੀਂ ਹੈਗਾ ਜਿਨ੍ਹਾਂ ਲਈ ਹੋਊਗਾ ਉਹ ਮਨਾ ਲੈਣ ਪਰ ਸਾਡੇ ਲਈ ਤਾਂ ਅੱਜ ਇਹ ਮੈਂ ਕਹਿਣਾ ਕਿ ਸਾਡੇ ਲਈ ਤਾਂ ਅੱਜ ਉਹ ਦਿਨ ਹੈ ਉਹਨਾਂ ਵਿਛੜੀਆਂ ਰੂਹਾਂ ਨੂੰ ਜਿਹੜੀਆਂ 10 ਲੱਖ ਰੂਹਾਂ 47 'ਚ ਵਿਛੜੀਆਂ ਸਾਡੇ ਕੋਲੋਂ ਉਹਨਾਂ ਨੂੰ ਇੱਕ ਸ਼ਰਧਾ ਦੇ ਫੁੱਲ ਜ਼ਰੂਰ ਅਸੀਂ ਭੇਂਟ ਕਰਾਂਗੇ ਅਤੇ ਮੈਂ ਅਪੀਲ ਕਰੂੰਗਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਕਿ ਚੜ੍ਹਦੇ ਪੰਜਾਬ ਵਾਲੇ ਜਿੰਨੇ ਵੀ ਇੱਥੇ ਵੱਸਦੇ ਸਿੱਖ ਨੇ ਹਿੰਦੂ ਨੇ ਮੁਸਲਮਾਨ ਨੇ ਲਹਿੰਦੇ ਪੰਜਾਬ ਵਾਲੇ ਆਪਣੇ ਭਰਾਵਾਂ ਕੋਲੋਂ ਅਸੀਂ ਦਿਲ ਖੁੱਲ੍ਹਾ ਕਰਕੇ ਮਾਫ਼ੀ ਮੰਗੀਏ ਉਸ ਸਮੇਂ ਦੇ ਹੋਏ ਕਤਲੇਆਮ ਦਾ ਅਤੇ ਲਹਿੰਦਾ ਪੰਜਾਬ ਆਪਣੇ ਚੜ੍ਹਦੇ ਪੰਜਾਬ ਦੇ ਭਰਾਵਾਂ ਕੋਲੋਂ ਹਿੰਦੂਆਂ ਸਿੱਖਾਂ ਕੋਲੋਂ ਮਾਫ਼ੀ ਮੰਗੇ ਜੋ ਉਸ ਸਮੇਂ ਕਤਲੇਆਮ ਹੋਇਆ ਜੋ ਖੂਨ ਡੁੱਲਿਆ ਜੋ ਇੱਥੇ ਨਰਸੰਹਾਰ ਹੋਇਆ ਜੋ ਜਬਰ ਹੋਇਆ ਬਲਾਤਕਾਰ ਹੋਏ ਬੜਾ ਕੁਛ ਹੋਇਆ ਆਪਾਂ ਬਿਆਨ ਨਹੀਂ ਕਰ ਸਕਦੇ ਹੁਣ ਵੀ ਜਦੋਂ ਕਿਸੇ ਉਸ ਸਮੇਂ ਦੇ ਦੁਖੀ ਕਿਸੇ ਬਜ਼ੁਰਗ ਦੀ ਕਹਾਣੀ ਸੁਣਦੇ ਹਾਂ ਕਿਸੇ ਮਾਤਾ ਦੀ ਜਵਾਨੀ ਕਿਸੇ ਬਜ਼ੁਰਗ ਦੀ ਜਵਾਨੀ ਤਾਂ ਲੂੰ ਕੰਡੇ ਖੜੇ ਹੋਏ ਆ ਰੂਹ ਕੰਬ ਜਾਂਦੀ ਹੈ ਕਿ ਯਾਰ ਇੰਨਾ ਦੁੱਧ ਚੁੰਘਦੇ ਜਵਾਕ ਮਾਵਾਂ ਸਿੱਟ ਕੇ ਭੱਜ ਗਈਆਂ ਸੀਗੀਆਂ ਚਰੀਆਂ ਦੇ ਵਿੱਚ ਪਾਣੀਆਂ ਦੇ ਵਿੱਚ ਖੂਹਾਂ ਦੇ ਵਿੱਚ ਹੱਥੀਂ ਬੰਦਿਆਂ ਨੇ
ਆਪਣੀਆਂ ਜਵਾਨ ਕੁੜੀਆਂ ਨੂੰ ਜ਼ਹਿਰ ਦੇ ਕੇ ਮਾਰਤਾ ਸੀ ਵੀ ਦੁਸ਼ਮਣ ਦੇ ਹੱਥ ਲਾ ਕੇ ਤੁਹਾਡਾ ਬਹੁਤ ਬੁਰਾ ਹਾਲ ਹੋਣਾ। ਆਪਣੇ ਹੱਥੀ ਕਿਰਪਾਨਾਂ ਨਾਲ ਗਲ ਵੜਤੇ ਸੀਗੇ ਆਪਣੀਆਂ ਜਵਾਨ ਮਟਿਆਰਾਂ ਕੁੜੀਆਂ ਦੇ। ਸੋ ਇਹ ਹਾਲਾਤ ਸੀਗੇ ਉਦੋਂ ਮਾਵਾਂ ਨੇ, ਆਪਣੇ ਕਹਿੰਦੇ ਨਾ ਮਾਵਾਂ ਨੇ ਪੁੱਤ ਨਹੀਂ ਸਿਆਣਨੇ, ਉਦੋਂ ਵਾਕਈ ਮਾਵਾਂ ਨੇ ਪੁੱਤ ਸਿਆਣੇ ਨਹੀਂ ਸੀ। ਇਹ ਦੌਰ ਸੀ 47 ਦਾ ਜਿਹੜਾ ਸਾਨੂੰ, ਮੈਂ ਵਾਰ ਵਾਰ ਕਹਿੰਦਾ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਣੇ ਜਵਾਕਾਂ ਨੂੰ ਮੈਂ ਦੱਸ ਸਕਾਂ ਕਿ ਪੁੱਤ ਸਾਡੇ ਨਾਲ ਕੀ ਬੀਤੀ ਹੈ ਅਤੇ ਸਾਡੇ ਸੱਜਣ ਕਿਹੜੇ ਆ, ਸਾਡੇ ਦੁਸ਼ਮਣ ਕਿਹੜੇ ਆ। ਸੋ ਇਹੀ ਅਪੀਲ ਆ ਕਿ ਆਪਣੇ ਜਵਾਕਾਂ ਨੂੰ ਇਹੋ ਜਿਹੀਆਂ ਵਿਰਾਸਤਾਂ, ਉਹੋ ਜਿਹੇ ਸਾਡੇ ਇਤਿਹਾਸਿਕ ਸਥਾਨ ਜਿੱਥੇ ਜੰਗਾਂ ਲੜੀਆਂ ਗਈਆਂ, ਯੁੱਧ ਲੜੇ ਗਏ, ਖੂਨ ਡੁੱਲੇ, ਬੜੀਆਂ ਤੇਗਾਂ ਵਾਹੀਆਂ ਸਾਡੇ ਸੂਰਮਿਆਂ ਨੇ, ਬਹੁਤ ਜਿਹੜੇ ਅਣਗੌਲੇ ਸਾਡੇ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ, ਇਹੋ ਜਿਹੇ ਸਾਡੇ ਮਹਾਨ ਯੋਧੇ ਪਏ ਨੇ ਇਤਿਹਾਸ ਦੇ ਅੰਦਰ, ਉਹਨਾਂ ਬਾਰੇ ਵੀ ਆਪਣੇ ਬੱਚਿਆਂ ਨੂੰ ਦੱਸੀਏ। ਸੋ ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ, ਆਪਣੇ ਜਵਾਕਾਂ ਨੂੰ ਜਿੰਨਾ ਹੋ ਸਕੇ ਆਪਣੀ ਧਰਤੀ ਮਾਂ ਦੇ ਨਾਲ, ਆਪਣੇ ਇਤਿਹਾਸ ਦੇ ਨਾਲ, ਆਪਣੇ ਵਿਰਸੇ, ਆਪਣੀ ਬੋਲੀ, ਆਪਣੇ ਸਾਹਿਤ ਦੇ ਨਾਲ ਅਤੇ ਆਪਣੇ ਉਹਨਾਂ ਜੁਝਾਰੂ ਯੋਧਿਆਂ ਨਾਲ ਜੋੜ ਕੇ ਰੱਖਾਂ, ਦੱਸਾਂ ਉਹਨਾਂ ਦੀਆਂ ਕਹਾਣੀਆਂ ਕਿੱਸੇ, ਤਾਂ ਕਿ ਕਿਉਂਕਿ ਜਦੋਂ ਵੀ ਕੋਈ ਇਨਸਾਨ ਕਿਸੇ ਯੁੱਧ ਦਾ, ਜੰਗ ਦਾ ਹਿੱਸਾ ਬਣਦਾ, ਸੰਘਰਸ਼ਾਂ ਦੇ ਰਾਹ ਪੈਂਦਾ ਤਾਂ ਇਤਿਹਾਸ ਤੋਂ ਸਿੱਖਦਾ ਅਤੇ ਅਸੀਂ ਇਤਿਹਾਸ ਤੋਂ ਕੋਰੇ ਹੋ ਚੁੱਕੇ ਹਾਂ, ਸੱਖਣੇ ਹੋ ਚੁੱਕੇ ਹਾਂ। ਸੋ ਲੋੜ ਆ ਆਪਣੇ ਜਵਾਕਾਂ ਨੂੰ ਇਹਨਾਂ ਚੀਜ਼ਾਂ ਨਾਲ ਜੋੜਨ ਦੀ। ਸੋ ਸਾਰੀ ਸੰਗਤ ਦਾ ਬਾਈ ਬਹੁਤ ਬਹੁਤ ਧੰਨਵਾਦ, ਧੰਨਵਾਦ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਸਪੈਸ਼ਲ ਧੰਨਵਾਦ। ਅਤੇ ਇਹ ਆ ਗਿਆ ਪੰਜਾਬ ਸਿੰਘ ਬਾਈ, ਤੁਸੀਂ ਨਾਂ ਵੀ ਅਜਾਰ ਸਿੰਘ ਅਤੇ ਪੰਜਾਬ ਸਿੰਘ ਰੱਖਿਆ ਹੈ ਨਾ, ਨਾਂ ਕੀ ਪੁੱਤ ਤੇਰਾ?